ਟ੍ਰਾਈ ਸਿਟੀ ਦੇ ਸਕੂਲਾਂ ਦੇ ਹਾਲਾਤ ਦਿਨੋ ਦਿਨ ਖਰਾਬ ਹੁੰਦੇ ਜਾ ਰਹੇ ਨੇ ਤੇ ਵਿਦਿਆਰਥੀ ਹੁਣ ਸਕੂਲਾਂ ਦੇ ਵਿੱਚ ਵੀ ਸੁਰੱਖਿਅਤ ਨਹੀਂ। ਚੰਡੀਗੜ੍ਹ ਦੇ ਸੈਕਟਰ 38 ਦੇ ਸਰਕਾਰੀ ਸਕੂਲ ਵਿੱਚ 8ਵੀਂ ਅਤੇ 9ਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਲੜਾਈ ਹੋ ਗਈ, ਜਿਸ ਦੌਰਾਨ 8ਵੀਂ ਕਲਾਸ ਦਾ ਇੱਕ ਵਿਦਿਆਰਥੀ ਜ਼ਖਮੀ ਹੋ ਗਿਆ। ਪੀੜਤ ਵਿਦਿਆਰਥੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਹਨਾਂ ਸਕੂਲ ਪ੍ਰਸ਼ਾਸਨ ਅਤੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਵੀ ਕੀਤੀ, ਪਰ ਅਜੇ ਤੱਕ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ। ਸੈਕਟਰ 38 ਵਿੱਚ ਰਹਿਣ ਵਾਲੇ 8ਵੀਂ ਕਲਾਸ ਦੇ ਵਿਦਿਆਰਥੀ ਨਿਖਿਲ ਨੇ ਦੱਸਿਆ ਕਿ ਬੀਤੀ 3 ਸਤੰਬਰ ਨੂੰ ਸਕੂਲ ਦੇ ਕੋਰੀਡੋਰ ਵਿੱਚ ਉਸਦੇ ਇੱਕ ਸਾਥੀ ਦੀ 9ਵੀਂ ਕਲਾਸ ਦੇ ਵਿਦਿਆਰਥੀ ਦੇ ਨਾਲ ਲੜਾਈ ਹੋ ਗਈ। ਉਸਨੇ ਜਦ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ 9ਵੀਂ ਕਲਾਸ ਦੇ ਸ਼ਿਵਮ ਸਾਹਿਲ ਅਤੇ ਉਸਦੇ ਸਾਥੀਆਂ ਨੇ ਉਸ ਉੱਤੇ ਹਮਲਾ ਕਰ ਦਿੱਤਾ ਅਤੇ ਜਿਸ ਵਿੱਚ ਉਹ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਇਸ ਪੂਰੀ ਘਟਨਾ ਦੀ ਜਾਣਕਾਰੀ ਸਕੂਲ ਪ੍ਰਿੰਸੀਪਲ ਨੂੰ ਦਿੱਤੀ, ਪਰ ਕਿਸੇ ਨੇ ਵੀ ਕੋਈ ਕਦਮ ਨਹੀਂ ਚੁੱਕਿਆ। ਇਸ ਤੋਂ ਬਾਅਦ ਹਾਰ ਕੇ ਉਹਨਾਂ ਨੇ ਇਸ ਦੀ ਜਾਣਕਾਰੀ ਥਾਣਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਵੀ ਸਿਰਫ ਸੈਕਟਰ 16 ਸਰਕਾਰੀ ਹਸਪਤਾਲ ਦੇ ਵਿੱਚ ਮੈਡੀਕਲ ਅਤੇ ਸੀਟੀ ਸਕੈਨ ਕਰਵਾਇਆ, ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਨਿਖਿਲ ਨੇ ਦੱਸਿਆ ਕਿ ਉਸਦੇ ਪਰਿਵਾਰਕ ਮੈਂਬਰ ਇਸ ਬਾਰੇ ਕਈ ਵਾਰ ਸਕੂਲ ਪ੍ਰਸ਼ਾਸਨ ਅਤੇ ਪੁਲਿਸ ਨੂੰ ਗੁਹਾਰ ਲਗਾ ਚੁੱਕੇ ਨੇ, ਪਰ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਮੇਰੇ ਦੋਸਤ ਨਾਲ ਲੜਾਈ ਹੋਏਗੀ ਸਕੂਲ ਕੇ ਅੰਦਰ ਹੀ, ਤੋ ਲੜਕੇ ਆ ਗਏ ਉਸੇ ਮਾਰਨੇ, ਮੈਨੇ ਛੁੜਾਇਆ ਤੋ ਉਹਨੇ ਮੇਰੇ ਸਾਥ ਹੀ ਹੱਥੋਂ ਕਰ ਦੀ। ਆਪ ਕੌਨ ਸੇ ਸਕੂਲ ਮੇਂ ਪੜ੍ਹਤੇ, ਕੌਨ ਸੀ ਕਲਾਸ ਮੇਂ ਪੜ੍ਹਤੇ ਔਰ ਵੋ ਲੋਗ? ਮੈਂ 8th ਕਲਾਸ ਮੇਂ ਪੜ੍ਹਤਾ ਹੂੰ। ਜਿਨ੍ਹੋਂ ਨੇ ਮਾਰਾ ਵੋ ਕੌਨ ਸੀ ਕਲਾਸ ਮੇਂ ਪੜ੍ਹਤੇ? ਵੋ 9th ਕਲਾਸ ਮੇਂ ਪੜ੍ਹਤੇ ਹੈ, ਮੇਰੇ ਸਕੂਲ ਕੇ ਹੀ ਹੈ। ਤੋ ਉਸਕੇ ਅੰਦਰ ਆਪਨੇ ਟੀਚਰ ਯਾ ਪ੍ਰਿੰਸੀਪਲ ਕੋ ਬਤਾਇਆ ਥਾ ਇਸ ਬਾਰੇ ਮੇਂ? ਹਾਂਜੀ ਬਤਾਇਆ ਥਾ। ਤੋ ਉਹਨਾਂ ਨੇ ਕਿਆ ਕੀਆ? ਮੈਨੇ ਉਹਨੇ ਲੜਕੇ ਦਿਖਾਏ ਤੋ ਉਹ ਮੇਰੇ ਸੇ ਪੂਛ ਰਹੇ ਥੇ ਕਿਆ ਕਰਨਾ ਹੈ, ਬਾਰ ਬਾਰ ਯਹੀ ਪੂਛ ਰਹੇ ਥੇ ਔਰ ਕੁਛ ਨਹੀਂ ਜਾਣ। ਤੋ ਫਿਰ ਪੁਲਿਸ ਵੀ ਆਈ ਥੀ ਕਿ ਆਪਕਾ ਮੈਡੀਕਲ ਹੁਆ ਥਾ? ਪੁਲਿਸ ਨੇ ਆਈ, ਪੁਲਿਸ ਮੈਂ ਪੁਲਿਸ ਕੇ ਪਾਸ ਹਮ ਹੀ ਗਏ ਥੇ। ਤੋ ਉਹਨਾਂ ਨੇ ਮੈਡੀਕਲ ਕਰਾਇਆ ਤੁਹਾਡਾ? ਹਾਂਜੀ ਮੈਡੀਕਲ ਕਰਾਇਆ। ਤੋ ਉਹਨਾਂ ਨੇ ਕੋਈ ਕਾਰਵਾਈ ਕੀ ਥੀ? ਬਸ ਮੈਡੀਕਲ ਮੈਂ ਕਹਾ ਕਿ ਸਿਟੀ ਸਕੈਨ ਕਰਾਇਆ ਬਸ, ਔਰ ਕੁਛ ਨਹੀਂ। ਕੰਪਲੇਂਟ ਲਿਖਾਈ ਤੋ ਉਹਨਾਂ ਨੇ ਕਹਾ ਕਿ ਨਾ 5 ਤਰੀਕ ਕੋ ਜਾਏਗੀ ਲੜਾਈ, 3 ਤਰੀਕ ਕੋ ਹੋਈ। ਸੈਕਟਰ 38 ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸੁਰਿੰਦਰ ਕੁਮਾਰ ਨੇ ਦੱਸਿਆ ਕਿ 8ਵੀਂ ਕਲਾਸ ਦੇ ਵਿਦਿਆਰਥੀ ਨਿਖਿਲ ਦੇ ਨਾਲ 9ਵੀਂ ਕਲਾਸ ਦੇ ਵਿਦਿਆਰਥੀ ਸਾਹਿਲ ਅਤੇ ਸ਼ਿਵਮ ਨੇ ਲੜਾਈ ਕੀਤੀ ਸੀ, ਜਿਸ ਤੋਂ ਬਾਅਦ ਦੋਨਾਂ ਧਿਰਾਂ ਦਾ ਸਮਝੌਤਾ ਕਰਵਾ ਦਿੱਤਾ ਗਿਆ ਅਤੇ ਦੋਨਾਂ ਨੂੰ 1 ਮਹੀਨੇ ਲਈ ਸਕੂਲ ਆਉਣ ਤੋਂ ਮਨਾ ਕਰ ਦਿੱਤਾ ਗਿਆ ਸੀ। ਬੱਚੇ ਦੋਨੋਂ ਲੜੇ ਰਹੇ ਸੀ, ਉਹਨਾਂ ਨੇ ਪੇਰੈਂਟਸ ਨੇ ਦੋਨੋਂ ਮਿਲ ਕੇ ਕੱਲ੍ਹ ਆਪਸ ਮੈਂ ਕੰਪਰੋਮਾਈਜ਼ ਕਰ ਲਿਆ ਹੋਇਆ ਹੈ। ਹਮਨੇ ਉਨਕੋ ਦੋ ਬੱਚੇ ਜਿਨ੍ਹਾਂ ਨੇ ਲੜੇ ਹੈ ਉਨਕੋ ਪਨਿਸ਼ਮੈਂਟ ਦੇ ਦੀ ਹੈ ਵੀ ਅਬ ਆਪਣੇ 15-20 ਦਿਨ ਸਕੂਲ ਨਹੀਂ ਆਉਣਾ ਹੈ। ਇੱਕ ਸਾਹਿਲ ਹੈ, ਇੱਕ ਸ਼ਿਵਮ, ਨਿਤੀਸ਼ ਹੈ, ਪਤਾ ਨਹੀਂ ਨਿਤੀਸ਼ ਹੈ, ਕੰਪਰੋਮਾਈਜ਼ ਹੋ ਗਿਆ ਹੋਇਆ ਹੈ। ਨਿਖਿਲ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਕੂਲ ਦੇ ਵਿਦਿਆਰਥੀ ਜਿਸ ਤਰ੍ਹਾਂ ਸਕੂਲ ਵਿੱਚ ਹਥਿਆਰ ਲੈ ਕੇ ਆਉਂਦੇ ਨੇ ਅਤੇ ਕੁੱਟਮਾਰ ਦੇ ਦੌਰਾਨ ਇਹਨਾਂ ਹਥਿਆਰਾਂ ਦੀ ਵਰਤੋਂ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਹੈ, ਉੱਥੇ ਉਹਨਾਂ ਨੇ ਸਕੂਲ ਪ੍ਰਸ਼ਾਸਨ ਅਤੇ ਪੁਲਿਸ ਤੇ ਕੋਈ ਵੀ ਢੁਕਵਾਂ ਕਦਮ ਨਾ ਚੁੱਕਣ ਦੇ ਵੀ ਦੋਸ਼ ਲਗਾਏ ਨੇ। ਚੰਡੀਗੜ੍ਹ ਤੋਂ ਕੈਮਰਾਮੈਨ ਅਮਨਦੀਪ ਅਤੇ ਪੱਤਰਕਾਰ ਮਨੋਜ ਰਾਠੀ ਨਾਲ ਕੌਮਿਤਾ ਮਿਨਹਾਸ, DN9 ਨਿਊਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।